एक ऐसे शख्स के नाल अज तुहानू मिलवान जा रहे हैं जो कापी के उत्ते पुट्ठा लिखते हैं। जी हाँ, साडे नाल मौजूद ने करनैल सिंह सैनी, तस्वीरां दिखा दिंदे आ। सो ये कापी के उत्ते लिख रहे हैं पर वह भी स्पीड के विच। अक्सर बहुत सारे तुसी लोग सीधा लिखते कापी के उत्ते देखते होंगे, पर यह ऐसे शख्स ने जिहड़ा कि कापी के उत्ते पुट्ठा लिखते हैं। और ये लैंग्वेज जिहड़ी है हिंदी, पंजाबी अते इंग्लिश, इस तों इलावा मैथ दे विच भी ये पुट्ठा लिख लैंदे ने। ਜਦੋਂ ਅਸੀਂ ਕਿਤੇ ਰੋਪੜ ਪਿੰਡ ਜਾਂਦੇ ਸੀਗੇ ਜਾਂ ਕਿਤੇ ਲਿਖਿਆ ਦੇਖਦੇ ਸੀਗੇ, ਮਤਲਬ ਰੋਪੜ ਲਿਖਿਆ, ਅਤੇ ਕਿਉਂਕਿ ਸਾਡੇ ਨਾਨਕੇ ਰੋਪੜ ਹੈ, ਰੋਪੜ ਦੇ ਜੇ ਸਿੱਧਾ ਲਿਖਿਆ ਜਾਵੇ ਰੋਪੜ ਤਾਂ ਪੰਜਾਬੀ ਸਿੱਧਾ ਸਿੱਧਾ ਸਾਫ਼ ਲਿਖਿਆ ਜਾਂਦਾ ਇੱਦਾਂ। ਜਾਂ ਭਾਈ ਇਹਨੂੰ ਪੁੱਠਾ ਲਿਖਣਾ ਹੋਵੇ ਤਾਂ ਆਹ ਲਿਖਿਆ ਜਾਂਦਾ ਇੱਦਾਂ ਪੁੱਠਾ। ਇਹ ਅਸਲ 'ਚ ਉਦੋਂ ਦੇਖਦੇ ਸੀ ਸ਼ੀਸ਼ੇ ਦੇ ਵਿੱਚੋਂ, ਅਸੀਂ ਦੇਖਦੇ ਸ਼ੀਸ਼ੇ ਵਿੱਚੋਂ ਪੁੱਠਾ ਪੜਿਆ ਜਾਂਦਾ, ਵੀ ਡਰਾਈਵਰ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਪਿੱਛੇ ਕੀ ਲਿਖਿਆ ਹੈ ਉਹ। ਹੁਣ ਮਤਲਬ ਤੁਸੀਂ ਜਗਬਾਣੀ 'ਚ ਤੋਂ ਆਏ ਹੋ, ਜੇ ਜਗਬਾਣੀ ਪੰਜਾਬੀ 'ਚ ਲਿਖਣਾ ਹੋਵੇ ਸਿੱਧਾ ਹੀ ਗੱਲ ਹੈ, ਤਾਂ ਲਓ ਮੈਂ ਪੰਜਾਬੀ ਤੁਹਾਨੂੰ ਲਿਖ ਕੇ ਦਿਖਾ ਦਿੰਦਾ। ਜਗਬਾਣੀ ਜਾਂ ਪੰਜਾਬ ਕੇਸਰੀ ਲਿਖਣਾ ਹੋਵੇ, ਆਹ ਲਓ ਹਿੰਦੀ 'ਚ ਲਿਖ ਦਿੰਦਾ ਪੰਜਾਬ ਕੇਸਰੀ, ਦੁਹਰਾ ਲਿਖ ਦਿੰਦਾ। ਪੰਜਾਬ ਕੇਸਰੀ ਇੱਦਾਂ ਹੀ, ਜੇ ਮੰਨ ਲਓ ਹੁਣ ਮੁੱਖ ਮੰਤਰੀ ਨਾਮ ਹੈਗਾ ਭਗਵੰਤ ਮਾਨ, ਬੀ ਐੱਚ ਜੇ ਆਪਾਂ ਇਹਦੀ ਲਿਖਣਾ ਹੋਵੇ ਵੱਡੀਆਂ ਅੱਖਰਾਂ 'ਚ, ਬੀ ਐੱਚ ਏ ਜੀ ਡਬਲਿਊ ਏ ਐੱਨ ਟੀ ਭਗਵੰਤ। ਹੁਣ ਜਿਵੇਂ ਕਿ ਪੰਜਾਬ ਕੇਸਰੀ ਲਿਖਿਆ, ਭਗਵੰਤ ਮਾਨ ਲਿਖਿਆ, ਪੰਜਾਬ ਕੇਸਰੀ ਤੁਸੀਂ ਆਪ ਪੜ੍ਹ ਲਓ, ਪੰਜਾਬ ਕੇਸਰੀ ਲਿਖਿਆ, ਭਗਵੰਤ ਮਾਨ ਲਿਖਿਆ ਥੱਲੇ, ਹਾਲੋ ਕੈਮਰੇ ਦੇਖ ਲਓ, ਐਸੀ ਕੋਈ ਗੱਲ ਨਹੀਂ ਲਿਖਦਾ ਭਾਅ ਜੀ। ਪ੍ਰਧਾਨ ਮੰਤਰੀ ਹੈਗਾ ਲਿਖਿਆ, ਭਗਵੰਤ ਮਾਨ ਲਿਖਿਆ, ਇੱਦਾਂ ਹੀ ਸਾਰੇ ਲਿਖੇ ਆ ਜਿਹੜੇ ਵੀ ਹੈਗੇ ਆ। ਤਸਵੀਰ ਤੁਸੀਂ ਦੇਖ ਰਹੇ ਹੋ ਕਾਪੀ ਦੇ ਉੱਤੇ ਲਿਖਿਆ ਹੈ, ਪਰ ਜਿਹੜਾ ਸ਼ੀਸ਼ਾ ਵਾ ਉਹ ਤੇ ਸਿੱਧਾ ਦਿਖਾਈ ਦੇ ਰਿਹਾ ਕਿਉਂਕਿ ਐਂਬੂਲੈਂਸ ਆ। ਤਾਂ ਉਹ ਉਸਨੇ ਦੇਖਿਆ ਕਿ ਨੇੜੇ ਸੈਣੀ ਸਾਹਿਬ ਨੇ ਪੁੱਠਾ ਲਿਖ ਰਹੇ ਨੇ, ਇੱਕ ਲੇਖ ਲਿਖ ਰਹੇ ਨੇ। ਪੁੱਠਾ ਲਿਖਣਾ ਬੜਾ ਮੁਸ਼ਕਿਲ ਆ, ਪਰ ਐਡੀ ਸਪੀਡ ਦੇ ਵਿੱਚ ਵੀ ਲਿਖਣਾ ਵੀ ਬਹੁਤ ਮੁਸ਼ਕਿਲ ਹੈਗਾ ਵਾ। ਇੱਕ ਐਸੇ ਸ਼ਖਸ ਦੇ ਨਾਲ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਕਾਪੀ ਦੇ ਉੱਤੇ ਪੁੱਠਾ ਲਿਖਦੇ ਨੇ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਕਰਨੈਲ ਸਿੰਘ ਸੈਣੀ, ਤਸਵੀਰਾਂ ਦਿਖਾ ਦਿੰਦੇ ਹਾਂ। ਸੋ ਇਹ ਕਾਪੀ ਦੇ ਉੱਤੇ ਲਿਖ ਰਹੇ ਨੇ ਪਰ ਉਹ ਵੀ ਸਪੀਡ ਦੇ ਵਿੱਚ। ਅਕਸਰ ਬਹੁਤ ਸਾਰੇ ਤੁਸੀਂ ਲੋਕ ਸਿੱਧਾ ਲਿਖਦੇ ਕਾਪੀ ਦੇ ਉੱਤੇ ਦੇਖਦੇ ਹੋਵੋਗੇ, ਪਰ ਇਹ ਐਸੇ ਸ਼ਖਸ ਨੇ ਜਿਹੜਾ ਕਿ ਕਾਪੀ ਦੇ ਉੱਤੇ ਪੁੱਠਾ ਲਿਖਦੇ ਨੇ। ਔਰ ਇਹ ਲੈਂਗੁਏਜ ਜਿਹੜੀ ਹੈ ਹਿੰਦੀ, ਪੰਜਾਬੀ ਅਤੇ ਇੰਗਲਿਸ਼, ਇਸ ਤੋਂ ਇਲਾਵਾ ਮੈਥ ਦੇ ਵਿੱਚ ਵੀ ਇਹ ਪੁੱਠਾ ਲਿਖ ਲੈਂਦੇ ਨੇ। ਗੱਲਬਾਤ ਕਰ ਲੈਂਦੇ ਹਾਂ, ਕਦੋਂ ਤੋਂ ਇਹਨਾਂ ਨੂੰ ਇਹ ਆਦਤ ਪਈ? ਸੈਣੀ ਸਾਹਿਬ, ਕਾਪੀ ਦੇ ਉੱਤੇ ਪੁੱਠਾ ਲਿਖਦੇ ਹੋ, ਹਰ ਇੱਕ ਚੀਜ਼ ਤੁਸੀਂ ਪੁੱਠੇ ਅੱਖਰਾਂ ਦੇ ਵਿੱਚ ਹੀ ਲਿਖਦੇ ਹੋ, ਇਹ ਕਿਸ ਤਰ੍ਹਾਂ ਆਦਤ ਪਈ, ਕਿਸ ਤਰ੍ਹਾਂ ਲਿਖਣਾ ਸ਼ੁਰੂ ਕੀਤਾ ਕਿ ਪੁੱਠਾ ਲਿਖਿਆ ਜਾ ਸਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌਰਵ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਟੀਮ ਲੈ ਕੇ ਆਏ ਹੋ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ। ਮੰਨ ਲਓ ਮੈਂ 82 ਦੇ ਵਿੱਚ 10ਵੀਂ ਕੀਤੀ ਸੀਗੀ, ਅਤੇ ਜਦੋਂ 84 ਦੇ ਦੰਗੇ ਹੋਏ ਆ ਉਦੋਂ ਸ਼ਾਇਦ ਮੈਂ ਕਾਲਜ ਪੜ੍ਹਦਾ ਸੀਗਾ, ਅਤੇ ਉਦੋਂ ਪਹਿਲਾਂ ਵੀ ਬਚਪਨ ਤੋਂ ਵੀ ਜਦੋਂ ਅਸੀਂ ਕਿਤੇ ਪਿੰਡ ਜਾਂਦੇ ਸੀਗੇ ਜਾਂ ਕਿਤੇ ਲਿਖਿਆ ਦੇਖਦੇ ਸੀਗੇ, ਮਤਲਬ ਰੋਪੜ ਲਿਖਿਆ, ਅਤੇ ਕਿਉਂਕਿ ਸਾਡੇ ਨਾਨਕੇ ਰੋਪੜ ਹੈ, ਰੋਪੜ ਦੇ ਜੇ ਸਿੱਧਾ ਲਿਖਿਆ ਜਾਵੇ ਰੋਪੜ ਤਾਂ ਪੰਜਾਬੀ ਸਿੱਧਾ ਸਿੱਧਾ ਸਾਫ਼ ਲਿਖਿਆ ਜਾਂਦਾ ਇੱਦਾਂ। ਜਾਂ ਭਾਈ ਇਹਨੂੰ ਪੁੱਠਾ ਲਿਖਣਾ ਹੋਵੇ ਤਾਂ ਆਹ ਲਿਖਿਆ ਜਾਂਦਾ ਇੱਦਾਂ ਪੁੱਠਾ। ਇਹ ਅਸਲ 'ਚ ਉਦੋਂ ਦੇਖਦੇ ਸੀ ਸ਼ੀਸ਼ੇ ਦੇ ਵਿੱਚੋਂ, ਅਸੀਂ ਦੇਖਦੇ ਸ਼ੀਸ਼ੇ ਵਿੱਚੋਂ ਪੁੱਠਾ ਪੜਿਆ ਜਾਂਦਾ, ਵੀ ਡਰਾਈਵਰ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਪਿੱਛੇ ਕੀ ਲਿਖਿਆ ਹੈ ਉਹ, ਕਿਉਂਕਿ ਉਹ ਮੀਲ ਪੱਥਰ ਲੱਗੇ ਹੁੰਦੇ ਨੇ, ਹੁਣ ਵੀ ਲੱਗੇ ਆ ਮੀਲ ਪੱਥਰ, ਉਦੋਂ ਮੀਲ ਪੱਥਰ ਜ਼ਿਆਦਾ ਹੁੰਦੇ ਸੀਗੇ, ਉਦੋਂ ਆਹ ਵੱਡੇ ਵੱਡੇ ਬੋਰਡ ਤਾਂ ਹੋਣ ਲੱਗੇ ਆ ਬਾਅਦ 'ਚੋਂ। ਅਤੇ ਉਦੋਂ ਮਨ 'ਚ ਹੁੰਦਾ ਸੀਗਾ ਵੀ ਇਹ ਜੇ ਡਰਾਈਵਰ ਨੂੰ ਸਿੱਧਾ ਲਿਖੇ, ਜਿਵੇਂ ਹੁਣ ਐਂਬੂਲੈਂਸ ਵਾਸਤੇ ਕਰਤਾ ਸਰਕਾਰ ਨੇ ਵੀ ਉਹ ਪੁੱਠਾ ਲਿਖਿਆ ਹੁੰਦਾ, ਤਾਂ ਡਰਾਈਵਰ ਨੂੰ ਸਿੱਧਾ ਲਿਖਦਾ ਪਤਾ ਲੱਗਦਾ ਉਹਨੂੰ ਪਿੱਛੇ ਐਂਬੂਲੈਂਸ ਆ ਰਹੀ ਹੈ ਸ਼ੀਸ਼ੇ 'ਚੋਂ, ਅਤੇ ਉਹ ਰਸਤਾ ਦੇ ਦਿੰਦਾ ਉਹਦਾ। ਇੱਦਾਂ ਹੀ ਵਰਡ ਦੇ ਵਿੱਚ ਵੀ ਕਈ ਵਰਡ ਐਸੇ ਹੁੰਦੇ, ਜਦੋਂ ਬੱਸ ਲੰਘ ਜਾਂਦੀ ਹੈ ਮੈਨੂੰ ਪਤਾ ਲੱਗਦਾ ਵੀ ਕਿਹੜਾ ਸਟੇਸ਼ਨ ਲੰਘਿਆ ਹੈ ਮੈਂ, ਉਹਦੇ ਲਿਖਿਆ ਹੁੰਦਾ ਜੀ ਵੀ ਲੁਧਿਆਣਾ ਇੰਨੇ ਕਿਲੋਮੀਟਰ, ਰੋਪੜ ਇੰਨੇ ਕਿਲੋਮੀਟਰ, ਚੰਡੀਗੜ੍ਹ ਇੰਨੇ ਕਿਲੋਮੀਟਰ, ਜਲੰਧਰ ਇੰਨੇ ਕਿਲੋਮੀਟਰ। ਉਦੋਂ ਮਨ 'ਚ ਹੁੰਦਾ ਸੀਗਾ ਵੀ ਯਾਰ ਇਹਨੂੰ ਪੁੱਠਾ ਕਰਕੇ ਦੇਖੀਏ ਕਿਸੇ ਤਰੀਕੇ, ਅਤੇ ਫਿਰ ਮੈਨੂੰ ਉਦੋਂ ਤੋਂ ਦੇਖਿਆ ਵੀ ਮੈਂ ਪੁੱਠਾ ਲਿਖਣ ਲੱਗ ਪਿਆ, ਫਿਰ ਮੈਂ ਆਪਣਾ ਨਾਮ ਲਿਖ ਕੇ ਦੇਖਿਆ। ਮੰਨ ਲਓ ਹੁਣ ਪੰਜਾਬੀ 'ਚ ਆਪਾਂ ਨਾ ਪੰਜਾਬੀ, ਫਿਰ ਇੱਕ ਗੱਲ ਹੋਰ ਵੀ ਹੈਗੀ ਹੈ, ਮੈਂ ਇਕੱਲਾ ਹਿੰਦੀ, ਇਕੱਲਾ ਪੰਜਾਬੀ 'ਚ ਨਹੀਂ, ਹਿੰਦੀ 'ਚ ਵੀ, ਅੰਗਰੇਜ਼ੀ 'ਚ ਵੀ, ਔਰ ਅੰਗਰੇਜ਼ੀ ਦੇ ਵੀ ABC ਛੋਟੀ 'ਚ ਵੀ, ABC ਵੱਡੀ 'ਚ ਵੀ, ਉਹ ਸਾਰਿਆਂ 'ਚ ਮੈਂ ਟਾਈਪ ਇਹ ਲਿਖ ਲੈਂਦਾ। ਇਹ ਤੋਂ ਇਲਾਵਾ ਮੈਂ ਪੰਜਾਬੀ 'ਚ ਦੀ ਔਰ ਹਿੰਦੀ ਦੀ ਔਰ ਅੰਗਰੇਜ਼ੀ ਦੀ ਟਾਈਪ ਵੀ ਜਾਣਦਾ, ਐਸੀ ਕੋਈ ਗੱਲ ਨਹੀਂ, ਸਾਰਿਆਂ ਨੂੰ ਪਤਾ ਜਿਹੜੇ ਮੇਰੇ ਜਾਣਕਾਰ ਨੇ। ਦੂਜੀ ਗੱਲ ਹੈਗੀ ਵੀ ਜੇ ਆਪਾਂ ਲਿਖਣਾ ਹੋਵੇ, ਹੁਣ ਮੰਨ ਲਓ ਤੁਸੀਂ ਜਗਬਾਣੀ 'ਚ ਤੋਂ ਆਏ ਹੋ, ਜੇ ਜਗਬਾਣੀ ਪੰਜਾਬੀ 'ਚ ਲਿਖਣਾ ਹੋਵੇ ਸਿੱਧਾ ਹੀ ਗੱਲ ਹੈ,
ताल हो, मैं पंजाबी च लिख के दिखा दिना, जग बाणी या पंजाब केसरी लिखना हो, ताल हो, हिंदी च लिख देना पंजाब केसरी द्वारा लिख देना। पंजाब केसरी ਏਦਾਂ ਹੀ ਜੇ ਮੰਨ ਲਓ ਹੁਣ ਮੁੱਖ ਮੰਤਰੀ ਨਾਮ ਹੈਗਾ ਭਗਵੰਤ ਭਗਵੰਤ ਮਾਨ ਬੀ ਐਚ ਜੇ ਆਪਾਂ ਇਹਦੀ ਲਿਖਣਾ ਹੋਵੇ ਵੱਡੀਆਂ ਅੱਖਰਾਂ 'ਚ ਬੀ ਐਚ ਏ ਜੀ ਡਬਲਿਊ ਏ ਐਨ ਟੀ ਭਗਵੰਤ ਮਾਨ ਐਮ ਡਬਲ ਏ ਐਨ ਮਾਨ ਏਦਾਂ ਹੀ ਇਹ ਲਿਖਣਾ ਲਿਖਣਾ ਸ਼ੁਰੂ ਕੀਤਾ ਸੀ ਇਹ ਦਸਵੀਂ ਤੋਂ ਬਾਅਦ ਹੀ ਦਸਵੀਂ 82 'ਚ ਕੀਤੀ ਉਦੋਂ ਬਾਅਦ ਉਦੋਂ ਪਹਿਲਾਂ ਵੀ ਮਨ ਦੇ ਵਿੱਚ ਹੁੰਦਾ ਸੀਗਾ ਹੁਣ ਮੈਂ ਲਿਖਣਾ ਸ਼ੁਰੂ ਦੀ ਗੱਲ ਨਹੀਂ ਹੈਗੀ ਲਿਖਣਾ ਤਾਂ ਲਿਖ ਲਈ ਕਈ ਵਾਰੀ ਪਰ ਇਹ ਵੀ ਜਦੋਂ ਮਨ ਦੇ ਵਿੱਚ ਜਦੋਂ ਬੰਦੇ ਹੋਵੇ ਨਾ ਮਾਇੰਡ ਦੇ ਵਿੱਚ ਹੋਵੇ ਜਦੋਂ ਲਿਖ ਸਾਹਮਣੇ ਲਿਖਿਆ ਲੁਧਿਆਣਾ ਇਹਨੂੰ ਪੁੱਠਾ ਲਿਖਿਆ ਕਿੱਦਾਂ ਲਿਖਿਆ ਜਾਊਗਾ ਐਵੇਂ ਮਨ ਸੋਚਿਆ ਇੱਦਾਂ ਲਿਖਿਆ ਜਾਵੇ ਲਿਖ ਕੇ ਦੇਖਣਾ ਤਾਂ ਲਿਖਿਆ ਜਾਂਦਾ ਸੀਗਾ ਉਹ ਹੌਲੀ ਹੌਲੀ ਪਹਿਲਾਂ ਮੁਸ਼ਕਲ ਲੱਗੀ ਸੀ ਪਹਿਲਾਂ ਕੀ ਮੁਸ਼ਕਲ ਪਹਿਲਾਂ ਤਾਂ ਮੁਸ਼ਕਲ ਕੋਈ ਵੀ ਕੰਮ ਹੈ ਆਪਾਂ ਜਦੋਂ ਗੌਰਵ ਜੀ ਸਾਰਾ ਮੈਨੂੰ ਲੱਗਦਾ ਮੇਰੇ ਵਾਸਤੇ ਮੁਸ਼ਕਲ ਹੈ ਕਿ ਇਹਨੂੰ ਮੈਂ ਲਿਖਣਾ ਕਿ ਇਸ ਤਰ੍ਹਾਂ ਲਿਖਾ ਕਿ ਪੁੱਠ ਪ੍ਰੈਕਟਿਸ ਕਰੋਗੇ ਤੁਸੀਂ ਹੋ ਸਕਦਾ ਸਕਦੇ ਹੋ ਪਰ ਇਹ ਮੇਰੇ ਮਾਇੰਡ 'ਚ ਜਦੋਂ ਜਿਹੜੀ ਗੱਲ ਤੁਹਾਡੇ ਮਾਇੰਡ 'ਚ ਵੜ ਗਈ ਨਾ ਤੁਸੀਂ ਉਹ ਕਰ ਸਕਦੇ ਹੋ ਕੋਈ ਵੀ ਇਹ ਮਾਇੰਡ ਕਿਸੇ ਇਹਨੂੰ ਆਪਾਂ ਸਹੀ ਰਹੀਏ ਇਸੇ ਤਰ੍ਹਾਂ ਜੇ ਮੰਨ ਲਓ ਨਰਿੰਦਰ ਮੋਦੀ ਲਿਖਣਾ ਹੋਵੇ ਹੈਲੋ ਆਰ ਆਈ ਐਨ ਡੀ ਈ ਆਰ ਇਹਦੇ ਇਹ ਵੀ ਨਹੀਂ ਹੈਗਾ ਹੁਣ ਨਰਿੰਦਰ ਨਾ ਜੇ ਆਪਾਂ ਪੰਜਾਬੀ ਅੱਗੇ ਹਿੰਦੀ 'ਚ ਲਿਖਣਾ ਹੋਵੇ ਮੋਦੀ ਇਕੱਲਾ ਹੈਲੋ ਮੋਦੀ ਮੈਂ ਹਿੰਦੀ ਲਿਖ ਦਿੰਦਾ ਹੈਲੋ ਨਰਿੰਦਰ ਮੋਦੀ ਜੇ ਆਪਾਂ ਇੱਦਾਂ ਪੰਜਾਬੀ ਲਿਖਣਾ ਹੋਵੇ ਲਿਖਣ ਵਾਲੇ ਦੀ ਇੰਨੀ ਸਪੀਡ ਨਹੀਂ ਹੁੰਦੀ ਤੁਹਾਡਾ ਪੁੱਠਾ ਲਿਖਣ ਨਾਲ ਇੰਨੀ ਸਪੀਡ ਹੈਗੀ ਹੈ ਨਹੀਂ ਨਹੀਂ ਇਹ ਤਾਂ ਸਪੀਡ ਤਾਂ ਚੱਲ ਜਾਂਦੀ ਹੈ ਜਦੋਂ ਆਪਾਂ 40 ਸਾਲ ਦੇ ਆਪਾਂ ਕੰਮ ਕਰਦੇ ਹਾਂ ਕੋਈ ਵੀ ਕੰਮ ਕਰਦਾ ਉਹ 'ਚ ਤਰੱਕੀ ਕਰਦਾ ਕੋਲੀ ਕੋਲੀ ਹੌਲੀ ਹੌਲੀ ਇਹਦੇ ਵਿੱਚ ਜੇ ਮੰਨ ਲਓ ਕਿਸੇ ਦੋਸਤ ਨੂੰ ਮੈਂ ਮਜ਼ਾਕ ਕਰਨਾ ਹੋਵੇ ਉਹਨੂੰ ਮੈਂ ਵੈਸੇ ਹੀ ਲਿਖ ਕੇ ਸਤਿ ਸ਼੍ਰੀ ਅਕਾਲ ਲਿਖ ਕੇ ਭੇਜਦੇ ਹਾਂ ਹੈਲੋ ਮੈਂ ਤੁਹਾਨੂੰ ਲਿਖ ਦਿੰਦਾ ਸਤਿ ਸ਼੍ਰੀ ਅਕਾਲ ਬੜੀ ਪੜ੍ਹੀ ਜਾਇਓ ਹਾਂ ਇਹ ਵੱਖਰੀ ਗੱਲ ਹੈ ਕਿ ਤੁਹਾਡੇ ਦਿਮਾਗ 'ਚ ਅੱਜ ਵੀ ਲਿਖਿਆ ਪੁੱਠਾ ਹੈਗਾ ਅਤੇ ਇਹਨੂੰ ਪੜ੍ਹ ਕੇ ਦੇ ਲਈਏ ਸਤਿ ਸ਼੍ਰੀ ਅਕਾਲ ਲਿਖ ਦੇਣੇ ਆਪਾਂ ਅਸੀਂ ਗੱਲ ਲਿਖਿਆ ਤੁਹਾਨੂੰ ਮੈਂ ਲਿਖ ਕੇ ਭੇਜਦਾ ਤੁਸੀਂ ਕਹਿੰਦੇ ਤਾਂ ਲਿਖ ਕੇ ਭੇਜਿਆ ਕਿ ਅਗਲਾ ਕਹਿੰਦਾ ਮੈਨੂੰ ਸਮਝ ਲੱਗੀ ਕਿ ਨੈਲ ਜੀ ਕਿ ਤੁਸੀਂ ਕੀ ਲਿਖ ਕੇ ਭੇਜਦੇ ਹੋ ਇੱਕ ਵਾਰੀ ਮੈਂ ਇਹਦਾ ਦੀ ਆਪਣੇ ਦੋਸਤ ਹੈਗੇ ਉਹਨਾਂ ਨੂੰ ਮੈਂ ਵੈਸੇ ਹੀ ਲਿਖ ਕੇ ਭੇਜ ਦਿੱਤੇ ਚਾਰ ਲਾਈਨਾਂ ਜਿਵੇਂ ਮੰਨ ਲਓ ਜਿਵੇਂ ਆਪਾਂ ਅੱਜ ਲਿਖਿਆ ਹੁਣ ਲਿਖਿਆ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਂ ਹੁਣ ਜਿਵੇਂ ਕੱਲ੍ਹ ਆਪਾਂ ਲਿਖਦੇ ਪਏ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਜਿਹੜਾ ਚੰਡੀਗੜ੍ਹ ਏਅਰਪੋਰਟ ਦਾ ਨਾਮ ਹੈਗਾ ਉਹ ਭਗਤ ਸਿੰਘ ਦੇ ਨਾਮ 'ਤੇ ਉਹਦੇ ਪਰਸੋਂ ਲਿਖਿਆ ਸੀਗਾ ਮੈਂ ਅਤੇ ਉਹ ਉਵੇਂ ਲਿਖ ਕੇ ਭੇਜਤਾ ਉਹਨੂੰ ਉਹ ਪਹਿਲਾਂ ਸੋਚਾਂ 'ਚ ਪੈ ਗਿਆ ਵੀ ਇਹ ਕੀ ਲਿਖਿਆ ਫਿਰ ਮੈਨੂੰ ਫੋਨ ਕੀਤਾ ਉਹਨੇ ਵੀ ਭਾਅ ਜੀ ਇਹ ਲਿਖਿਆ ਕੀ ਹੈ ਮੈਂ ਕਿਹਾ ਤੁਸੀਂ ਪੜ੍ਹੋ ਕੀ ਲਿਖਿਆ ਉਹ ਉਹਨੇ ਪੁੱਠਾ ਕਰਕੇ ਉਹਦੇ ਮਾਈਂਡ 'ਚ ਨਹੀਂ ਆਈ ਗਰ ਫਿਰ ਉਹਨੇ ਕਿਹਾ ਸ਼ੀਸ਼ੇ ਸਾਹਮਣੇ ਖੜ ਕੇ ਇਹਨੇ ਪਰਚੀ ਦੇਖੋ ਫਿਰ ਲਿਖਿਆ ਹੋਊਗਾ ਸ਼ੀਸ਼ਾ ਵੀ ਇੱਥੇ ਪਿਆ ਹੁਣ ਜਿਹੜੇ ਅੱਖਰ ਤੁਸੀਂ ਲਿਖੇ ਸਾਨੂੰ ਵੀ ਦੱਸ ਦਿਓ ਕਿ ਕਿਸ ਤਰ੍ਹਾਂ ਸਿੱਧੇ ਹੋ ਜਾਂਦੇ ਨੇ ਸਿਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਇਹਨਾਂ ਨੇ ਹੁਣ ਜਿਵੇਂ ਕਿ ਪੰਜਾਬ ਕੇਸਰੀ ਲਿਖਿਆ ਭਗਵੰਤ ਮਾਨ ਲਿਖਿਆ ਆਹ ਲਓ ਸ਼ੀਸ਼ੇ ਦੇ ਲਓ ਪੰਜਾਬ ਕੇਸਰੀ ਤੁਸੀਂ ਆਪ ਪੜ੍ਹ ਲਓ ਪੰਜਾਬ ਕੇਸਰੀ ਲਿਖਿਆ ਭਗਵੰਤ ਮਾਨ ਲਿਖਿਆ ਥੱਲੇ ਆਹ ਲਓ ਕੈਮਰੇ ਦੇਖ ਕੈਮਰੇ ਦੇਖਣਾ ਕੈਮਰੇ ਦੇਖ ਲਓ ਐਸੀ ਕੋਈ ਗੱਲ ਨਹੀਂ ਦਿਖਦਾ ਭਾਜੀ ਪ੍ਰਧਾਨ ਮੰਤਰੀ ਹੈਗਾ ਲਿਖਿਆ ਭਗਵੰਤ ਮਾਨ ਲਿਖਿਆ ਏਦਾਂ ਹੀ ਸਾਰੇ ਲਿਖੇ ਆ ਜਿਹੜੇ ਵੀ ਹੈਗੇ ਆ ਤਸਵੀਰ ਤੁਸੀਂ ਦੇਖ ਰਹੇ ਹੋ ਕਾਪੀ ਦੇ ਉੱਤੇ ਲਿਖਿਆ ਹੈ ਪਰ ਜਿਹੜਾ ਸ਼ੀਸ਼ਾ ਵਾ ਉਹ ਤੇ ਸਿੱਧਾ ਦਿਖਾਈ ਦੇ ਰਿਹਾ ਕਿਉਂਕਿ ਐਂਬੂਲੈਂਸ ਆ ਹਮੇਸ਼ਾ ਪੁੱਠਾ ਅੱਖਰ ਲਿਖਿਆ ਹੁੰਦਾ ਵਾ ਜਦੋਂ ਕੋਈ ਅਗਲੇ ਡਰਾਈਵਿੰਗ ਸੀਟ ਤੇ ਬੈਠਾ ਹੁੰਦਾ ਤੇ ਉਸ ਨੂੰ ਸ਼ੀਸ਼ੇ ਦੇ ਪਿੱਛੇ ਦੇਖਦਾ ਹੁੰਦਾ ਕਿ ਪਿੱਛੋਂ ਐਂਬੂਲੈਂਸ ਆ ਰਹੀ ਆ ਸਿੱਧਾ ਅੱਖਰ ਦਿਖਦਾ ਵਾ ਉਸੇ ਤਰ੍ਹਾਂ ਕਰਨੈਲ ਜੀ ਉਹ ਅੱਖਰ ਲਿਖਦੇ ਨੇ ਕਰਨੈਲ ਜੀ ਕਦੀ ਇਹੋ ਜਿਹੀ ਕੋਈ ਮਾਹੌਲ ਬਣਿਆ ਕਿਸੇ ਨੇ ਕੋਈ ਚਿੱਠੀ ਲਿਖਾਈ ਹੋਵੇ ਇਸ ਤਰ੍ਹਾਂ ਦੀ ਕਿ ਯਾਰ ਮੈਂ ਇੱਕ ਚਿੱਠੀ ਭੇਜਣੀ ਕਿਸੇ ਨੂੰ ਸਮਝ ਨਾ ਆਵੇ ਤੇ ਉਹ ਪੜ੍ਹ ਵੀ ਲਵੇ ਹਾਂ ਇੱਦਾਂ ਹੋ ਜਾਂਦਾ ਕਈ ਵਾਰੀ ਇੱਕ ਮੇਰਾ ਦੋਸਤ ਸੀਗਾ ਉਹਨੇ ਕਿਹਾ ਜੀ ਮੇਰੇ ਮਾਮੇ ਦਾ ਪਤਾ ਨਹੀਂ ਉਹਦੇ ਮਾਮੇ ਨਾਲ ਕੋਈ ਬਿਆਨ ਗੱਲ ਵੀ ਆਪਣਾ ਜਿਵੇਂ ਲੜਾਈ ਝਗੜਾ ਹੋ ਜਾਂਦਾ ਮਾਮੇ ਭਾਣਜੇ ਦਾ ਅਤੇ ਉਹਨੇ ਕਿਹਾ ਵੀ ਯਾਰ ਮੇਰੇ ਮਾਮੇ ਨਾਲ ਨਾ ਮੇਰੀ ਲੜਾਈ ਹੋ ਗਈ ਵੀ ਮਾਮੇ ਨੂੰ ਮਨਾਉਣਾ ਵੀ ਹੈਗਾ ਪਰ ਮਾਮੇ ਨੂੰ ਮਨਾਉਣਾ ਇਹ ਵੀ ਉਹਨੂੰ ਇਹ ਨਾ ਪਤਾ ਲੱਗੇ ਵੀ ਚਿੱਠੀ ਮੈਂ ਭੇਜੀ ਹੈ ਮੈਂ ਕੋਈ ਗੱਲ ਨਹੀਂ ਮੈਂ ਹੁਣ ਪੁੱਠੇ ਲਿਖ ਕੇ ਉਹਦੀ ਲਿਖੀ ਉਹਦੀ ਸਾਰੀ ਇਹੀ ਵੀ ਮਾਮਾ ਜੀ ਬਸ ਸਤਿ ਸ਼੍ਰੀ ਅਕਾਲ ਮਾਮਾ ਜੀ ਵੀ ਤੁਸੀਂ ਮੇਰੇ ਨਾਲ ਨਾਰਾਜ਼ ਹੈਗੇ ਹੋ ਐਸੀ ਕੋਈ ਗੱਲ ਨਹੀਂ ਹੈਗੀ ਹੈ ਮੈਂ ਤਾਂ ਮਾਫ਼ੀ ਮੰਗਦਾ ਮੈਂ ਤੁਹਾਡਾ ਭਾਣਜਾ ਮੈਂ ਤੁਹਾਡਾ ਹੀ ਭਾਣਜਾ ਰਹਿਣਾ ਹੁਣ ਮਾਮੇ ਦੇ ਭਾਣਜੇ ਦਾ ਪਿਆਰ ਹੁੰਦਾ ਹੀ ਇੰਨਾ ਠੀਕ ਹੈ ਉਹ ਮੈਂ ਉਹਨੂੰ ਹਿੰਦੀ ਪੰਜਾਬੀ ਲਿਖ ਕੇ ਭੇਜਦਾ ਉਲਟਾ ਕਰਕੇ ਤੇ ਥੱਲੇ ਉਹਦਾ ਨਾਮ ਲਿਖ ਦਿੱਤਾ ਹੁਣ ਮਾਮਾ ਸਾਰੇ ਪਿੰਡ 'ਚ ਫਿਰੀ ਜਾਵੇ ਲੈ ਕੇ ਚਿੱਠੀ ਉਹ ਵੀ ਪੜ੍ਹੀ ਜਾਵੇ ਕਿਤੇ ਪੜ੍ਹੀ ਜਾਵੇ ਉਰਦੂ ਦਾ ਨਹੀਂ ਹੁਣ ਜਿਹੜਾ ਉਰਦੂ ਵਾਲਾ ਉਹਨੇ ਉਰਦੂ ਵਾਲਿਆਂ ਦਿਖਾਈ ਵੀ ਸ਼ਾਇਦ ਉਰਦੂ ਦੀ ਹੋਊਗੀ ਇਹ ਵੀ ਉਰਦੂ ਵਾਲੀ ਭਾਸ਼ਾ ਹੀ ਕਿਹੜੀ ਭਾਸ਼ਾ ਉਹਨੂੰ ਵੀ ਨਹੀਂ ਆਈ ਉਰਦੂ ਵਾਲੇ ਉਹਨੂੰ ਵੀ ਨਹੀਂ ਆਈ ਫਿਰ ਅਖੀਰ ਉਹਨੂੰ ਕਿਸੇ ਪਿੰਡ 'ਚੋਂ ਉਹਨੇ ਕੁਦਰਤੀ ਜਦੋਂ ਬੰਦੇ ਮਨ 'ਚ ਆਈ ਜਾਂਦਾ ਵੀ ਦੇਖਦਾ ਹੈ ਕਿ ਉਹਨੂੰ ਇਹ ਪਤਾ ਲੱਗ ਗਿਆ ਵੀ ਜਿਹੜੀ ਚਿੱਠੀ ਆਈ ਵਾਰੀ ਹੁਣ ਇਹ ਵਾਲਾ ਸੋਚਿਆ ਜੀ ਮੈਨੂੰ ਚਿੱਠੀ ਇਮੀਗ੍ਰੇਸ਼ਨ ਵਾਲਿਆਂ ਦੀ ਆ ਗਈ ਜਾਂ ਮੈਨੂੰ ਚਿੱਠੀ ਆ ਗਈ ਕਿਸੇ ਹੋਰ ਦੀ ਆ ਗਈ ਪਤਾ ਨਹੀਂ ਕਿ ਪਤਾ ਲੱਗੀ ਦੇ ਲੱਗੇ ਫਿਰ ਉਹ ਸ਼ੀਸ਼ੇ ਵੱਲ ਕਰਕੇ ਦੇਖੀ ਤਾਂ ਥੱਲੇ ਜਦੋਂ ਸਾਰਾ ਉੱਪਰ ਪੜ੍ਹਿਆ ਮਾਮਾ ਜੀ ਇੱਦਾਂ ਥੱਲੇ ਨਾਮ ਉਹਦਾ ਲਿਖਿਆ ਆਇਆ ਸੀਗਾ ਅਤੇ ਉਹ ਕੁਦਰਤੀ ਉਹਨੂੰ ਪਤਾ ਲੱਗ ਗਿਆ ਖੁਸ਼ ਹੋ ਗਿਆ ਹਾਂ ਮਾਮਾ ਜੀ ਇੱਦਾਂ ਖੁਸ਼ ਹੋ ਗਏ ਇੱਦਾਂ ਹੁੰਦਾ ਇਹ ਮਜ਼ਾਕ ਦੀ ਵੀ ਕਈ ਚੱਲਾਂ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਪਰ ਇਹ ਹੈ ਵੀ ਇਹ ਜਿਹੜੀ ਕਲਾ ਹੈਗੀ ਆ ਜਾਂ ਮੰਨ ਲਓ ਇਹ ਹੈਗਾ ਇਹਦੇ 'ਚ ਮਾਣ ਨਹੀਂ ਹੈਗਾ ਇਹ ਜਿਸ ਪਰਮਾਤਮਾ ਨੇ ਜਿਸ ਨੂੰ ਦੇਣੀ ਹੈ ਜਾਂ ਮੇਰੇ ਤੋਂ ਵੱਡੇ ਵੱਡੇ ਹੋਰ ਹੋਣਗੇ ਜ਼ਿਆਦਾ ਤੇਜ਼ ਲਿਖਣ ਵਾਲੇ ਹਾਲਾਂਕਿ ਮੈਂ ਬਥੇਰੀ ਤੇਜ਼ੀ ਲਿਖ ਲੈਂਦਾ ਹਿੰਦੀ ਔਰ ਅੰਗਰੇਜ਼ੀ ਔਰ ਪੰਜਾਬੀ ਤਿੰਨਾਂ ਭਾਸ਼ਾ 'ਚ
अचार भी लिख देने, सारा कुछ लिख लेने, ऐसी कोई गल नहीं हैगी। यह है भी जो कलाकार होंगे जिम्मे उन्होंने गले के परमात्मा यहोजा भेजता वह गाँव वधिया गा देंगे, ठीक है। कोई सीखन सिखाने वाली लुधियाना मैडिकल स्टोर है, दवाइया का काम करते हो, जो तुम दवाइया लिख के भेजो तो पुठिया लिख के भेज देने, ऐसी कोई गल नहीं है, मजाक वाली गल नहीं हैगी। लेकिन यह भी हाँ, जे मान लो किसी मजाक करना हो तुम मजाक करना, किसी होर मजाक करना हो मजाक मजाक पुठी दवाई का नाम लिख दिए, जिम्मे डॉक्टर नहीं लिख देंगे, नहीं कोडवर्ड नहीं हुंदा, हुंदी है शॉर्ट च लिखा हुंदा, उन्होंने पढ़ लेने असीं पढ़ लेने, हुण दवाइयां दुकान कम मुंडे रखे हुए पर सारा कुछ पढ़ लैंदे ने, असीं भी जे उहनूं पुंजे पुट्ठा करके लिख के भेजा जे उहनूं दस दवाईआं पुट्ठा लिखे पढ़ के दे, सप्लायर नूं भेजा कि मैनूं आह दवाई चाहीदी उत्थे पुट्ठी लिख के भेजो, बाबू जी मैनूं समझ लगी जी, ऐसी कोई गल नहीं हैगी। सप्लायर साडी सप्लाई सारी ऑनलाइन हुंदी है, कंप्यूटर ते हुंदी है, ते ऐसी कोई गल नहीं हैगी। तुसीं आए हो, तुहाडा बहुत धन्नवाद बहुत बहुत, ते इहो जी कोई गल नहीं हैगी जो आपां लिख देने हुण, जो आपां इक दो तीन चार भी लिखिए, हलो 1 2 3 4 5 6 7 8 9 0 जिम्मे लिखना हो, कोई कोई भी लिखना हो, ऐसी जो मान लो टी लिखना, टी एच ई छोटा एच एच ई छोटा बड़ा छोटा खरीब पै जाता, बेबी लिखना हो, ठीक है ना, एडी लेख लिखना हो भी लिख लेने पूरा, बोली जाओ मैं लिखी जाना, ऐसी कोई गल नहीं है, वो भी पूरा लिख लेना फास्ट, कां वो है नी कां दी की हैगी, मैनू याद नहीं पूरी स्टोरी, आपां कैमरे मूहरे बैठे हैं, कां नू प्यास लगी हलो तां ओ उसने देखिया के नेड़े, सैनी साहब ने पुट्ठा लिख रहे ने, एक लेख लिख रहे ने, पुट्ठा लिखना बड़ा मुश्किल है पर एडी स्पीड दे विच भी लिखना भी बहुत मुश्किल हैगा वा, पर इन्ना वास्ते आसान है क्योंकि 40 साल का एक्सपीरियंस भी इन्ना कोल हैगा वा, हर एक चीज भाषा चाहे वह हिंदी होवे, चाहे वह पंजाबी होवे, चाहे वह इंग्लिश होवे, चाहे वह मैथ दे विच होवे, हर एक चीज जिहड़ी आ मिंटा दे विच उह लिख देंदे ने। कन्हैया जी व्याह तुहाडा होया, व्याह तो बाद कदी वाइफ नूं इदां दी चिट्ठी लिखी, जां व्याह तो पहले चिट्ठी लिख के भेजी वाइफ नूं? चलो ये मजाक वाली गल हैगी है, यह है भी बच्चे साडे वड्डे हो गए, बहुत उन्हां दा धन्नवाद, बच्चों का भी बहुत बहुत आशीर्वाद मिल रहा, बहुत प्यार मिल रहा, ऐसी कोई गल नहीं हैगी। ये तो एक चलो मैं उही गल पहला करके हटिया कि कलाकार नूं बचपन तो ही कलाकारी मिल जाती है, तो सानू मेरे मन च किदां आ गई, कितने होर भी मेरे तो वड्डे भी होणगे, ऐसी कोई गल नहीं हैगी, मेरे मन च आ गई पुट्ठा लिखण दी। तो यह इन्ना कहेगा भी हिंदी और पंजाबी अंग्रेजी और वर्ल्ड दे विच एक दो तीन चार दे विच या छोटी एबीसी वड्डी सारा वधिया लिख सकते हैं, आपां बहुत स्पीड च लिख सकते हैं, ऐसी कोई गल नहीं हैगी। हाँ, हरेक बंदा जे कोई भी काम है प्रैक्टिस करे ਤਾਂ ਉਹ ਕੰਮ ਪਹਿਲਾ ਕਾਮਯਾਬ ਹੋ ਜਾਂਦਾ ਹੁੰਦਾ ਹੈ। ਸੋ ਬਿਲਕੁਲ ਇਹ ਸਨ ਕਰਨੈਲ ਸਿੰਘ ਸੈਣੀ ਲੁਧਿਆਣਾ, ਸਵੇ ਪੁੱਠੇ ਅੱਖਰ ਲਿਖਦੇ ਨੇ, ਜਿਵੇਂ ਕਿ ਮੈਂ ਗੱਲ ਕਰਦਾ ਪਿਆ ਸੀ ਵਿੱਚ ਵੀ ਦੱਸ ਰਿਹਾ ਸੀਗਾ ਕਿ ਪੁੱਠਾ ਲਿਖਣਾ ਕੋਈ ਏਡਾ ਆਸਾਨ ਨਹੀਂ ਹੈਗਾ, ਉਹ ਵੀ ਏਡੀ ਸਪੀਡ ਦੇ ਵਿੱਚ ਲਿਖਣਾ ਉਹ ਵੀ ਕੋਈ ਆਸਾਨ ਨਹੀਂ ਹੈਗਾ, ਪਰ ਕਰਨੈਲ ਜੀ ਹਰ ਇੱਕ ਚੀਜ਼ ਜਿਹੜੀ ਆ ਚਾਹੇ ਉਹ ਕੋਈ ਵੀ ਭਾਸ਼ਾ ਹੋਵੇ, ਹਿੰਦੀ ਪੰਜਾਬੀ ਚਾਹੇ ਉਹ ਮੈਥ ਦੇ ਵਿੱਚ ਹੋਵੇ, ਮਿੰਟਾਂ ਦੇ ਵਿੱਚ ਕੁਛ ਵੀ ਤੁਸੀਂ ਦੱਸੋ ਤਾਂ ਉਹ ਲਿਖ ਕੇ ਲਿਖ ਦਿੰਦੇ ਨੇ। ਸੋ ਇਹ ਕਲਾ ਨੂੰ, ਇਹਨਾਂ ਦੀ ਜਿਹੜੀ ਕਲਾ ਵਾ ਉਸਨੂੰ ਅਸੀਂ ਸਲਾਮ ਵੀ ਕਰਦੇ ਹਾਂ, ਔਰ ਇੱਕ ਮੈਸੇਜ ਦੇ ਰਹੇ ਨੇ ਕਿ ਅਗਰ ਕਿਸੇ ਬੰਦੇ ਨੇ ਕੋਈ ਕੰਮ ਕਰਨਾ ਹੋਵੇ ਤਾਂ ਉਹ ਟੀਚਾ ਨਿਧਾਰਿਆ ਨਹੀਂ ਜਾਂਦਾ, ਉਹ ਜਿਸ ਤਰ੍ਹਾਂ ਤੁਸੀਂ ਮਨ ਚ ਬਣਾ ਲਓ ਤਾਂ ਉਹ ਟੀਚਾ ਜਿਹੜਾ ਵਾ ਤੁਹਾਡਾ। ਸਿੰਘ ਸੈਣੀ ਨਾਲ ਤੁਹਾਡੀ ਮੁਲਾਕਾਤ ਕਰਾਈ ਆ, ਪੁੱਠੇ ਅੱਖਰਾਂ ਦੇ ਵਿੱਚ ਇਹ ਹਰ ਇੱਕ ਚੀਜ਼ ਜਿਹੜੀ ਆ ਲਿਖਣ ਦੇ ਵਿੱਚ ਐਕਸਪਰਟ ਨੇ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ ਲੁਧਿਆਣਾ।